मक्सीको दियां बत्तकां मलो देखण नूं बत्तकां यार फंक्शन सारे मुरगां वाले आ। आपां एवें कह सकदे आ वी किसे ने देखण नूं उत्तों बत्तकां बना लईआं ते विचों फंक्शन मुरगी वाले पाते। अंडे भी इह मुरगियां जिन्ने ही दिंदियां, ग्रोथ इह कमाल दी करदियां। राखी नूं अगे आम घरां दे विच जां शौक नूं ईते जां हंस रखे हुंदे आ जिहड़े तुहाडे सामणे आ, ਇਹ ਦਿੰਦੇ ਆ ਸਾਲ ਦੇ ਵਿੱਚ 8-9 ਅੰਡੇ। ਪਰ ਜਿਹੜੀਆਂ ਆਹ ਬੱਤਕਾਂ ਨਾ ਮਕਸੀਕੋ ਵਾਲੀਆਂ, ਇਹ ਤਾਂ ਲੋੜੇ ਲਿਆ ਦਿੰਦੀਆਂ ਅੰਡੇ ਦੇਣ ਵਾਲੀਆਂ ਅਤੇ ਬੱਚੇ ਦੇਣ ਵਾਲੀਆਂ। ਆ ਜਾਓ ਆਪਾਂ ਖੁੱਲ੍ਹ ਕੇ ਕਰਦੇ ਹਾਂ ਗੱਲਾਂ ਬਾਤਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਪਹੁੰਚੇ ਹੋਏ ਹਾਂ ਇੱਧਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ, ਬਟਾਲੇ ਦੇ ਕੋਲ ਪਿੰਡ ਆ ਮਰੜ। ਬਾਈ ਜੀ ਤੁਹਾਡਾ ਸਵਾਗਤ ਹੈ ਜੀ। ਪਹਿਲਾਂ ਤਾਂ ਤੁਸੀਂ ਸਾਨੂੰ ਸਮਾਂ ਦਿੱਤਾ। ਸਾਡੇ ਨਾਲ ਨੇ ਬਾਈ ਜੀ ਮੇਜਰ ਸਿੰਘ, ਅਤੇ ਇਹਨਾਂ ਦੀਆਂ ਨਾ ਕਹਿ ਲਓ ਕਿ ਬਾਹਰ ਦੀਆਂ ਬੱਤਕਾਂ ਰੱਖੀਆਂ ਹੋਈਆਂ ਵਿਦੇਸ਼ੀ, ਅਤੇ ਅਜੋ ਆਪਾਂ ਕਰਦੇ ਹਾਂ ਗੱਲਬਾਤ। ਅਤੇ ਬਾਈ ਜੀ ਇਹ ਕਿਹੜੀ ਨਸਲ ਆ ਇਹ? ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਤੁਸੀਂ ਸਾਨੂੰ ਆਪਣਾ ਟਾਈਮ ਦਿੱਤਾ ਆ ਜੀ। ਜਿਹੜੀਆਂ ਸਾਡੇ ਮਗਰ ਤੁਸੀਂ ਬੱਤਕਾਂ ਵੇਖ ਰਹੇ, ਇਹਨਾਂ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਮਸਕੇਵੀ ਡਕਸ ਕਹਿ ਸਕਦੇ ਹਾਂ ਜੀ। ਮਕਸੇਵੀ ਜੀ, ਇਹ ਮਕਸੀਕੋ ਅਤੇ ਸਾਊਥ ਅਮਰੀਕਾ ਦੀ ਬਰੀਡ ਹੈ ਜੀ ਜੀ। ਪਰ ਇਸ ਟਾਈਮ ਜੇ ਅਸੀਂ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਇਹ ਆਸਾਮ 'ਚ ਪਾਈ ਜਾਂਦੀ ਆ। ਪੰਜਾਬ ਦੇ ਵਿੱਚ ਜਿਹੜਾ ਇਹਦਾ ਬਹੁਤ ਰੇਅਰ 'ਚ ਆ, ਬਹੁਤ ਮਿਰਲੀਆਂ ਮਿਰਲੀਆਂ ਮਿਲਦੀਆਂ ਨੇ ਜੀ। ਹਾਂਜੀ, ਮਤਲਬ ਇਹ ਪੰਜਾਬ 'ਚ ਬਹੁਤ ਘੱਟ ਆ? ਬਹੁਤ ਘੱਟ ਆ ਜੀ। ਕੀ ਕਾਰਨ ਇਹ ਇਹਦਾ ਘੱਟ ਹੋਣ ਦਾ? ਘੱਟ ਹੋਣ ਦਾ ਕਿਉਂਕਿ ਇਹ ਵਰਾਇਟੀ ਨੂੰ ਆਏ ਨੂੰ ਹਲੇ ਥੋੜਾ ਟਾਈਮ ਹੋਇਆ ਜੀ ਪੰਜਾਬ ਦੇ ਵਿੱਚ। ਅੱਛਾ। ਇੱਕ ਇਹ ਥੋੜੀ ਕੋਸਟਲੀ ਆ, ਮਹਿੰਗੀ ਪੈਂਦੀ ਆ ਜੀ, ਜਿਹਦੇ ਕਰਕੇ ਇਹਨੂੰ ਥੋੜਾ ਜਿਹਾ ਕੋਈ ਲੈਣ ਤੋਂ ਗਰੇਜ਼ ਕਰ ਜਾਂਦੇ ਆ ਲੋਕੀ। ਪਰ ਜੇ ਅਸੀਂ ਪੰਜਾਬ ਦੀਆਂ ਬੱਤਕਾਂ ਦੇ ਮੁਕਾਬਲੇ ਇਹਨਾਂ ਦਾ ਕੰਪੇਅਰ ਕਰੀਏ ਜੀ, ਪ੍ਰੋਡਕਸ਼ਨ ਦੇ ਵਿੱਚ ਵੀ ਜ਼ਿਆਦਾ ਨੇ ਅਤੇ ਇਹਨਾਂ ਦੇ ਜਿਹੜੇ ਫਾਇਦੇ ਨੇ ਉਹ ਆਮ ਵਾਲੀਆਂ ਪੰਜਾਬ ਵਾਲੀਆਂ ਡਕਸ ਦੇ ਨਾਲੋਂ ਜ਼ਿਆਦਾ ਨੇ। ਜਿਹੜੀਆਂ ਆਮ ਇੱਥੇ ਇਸ ਧਾਰਨ ਫਿਰਦੀਆਂ ਹੁੰਦੀਆਂ, ਆਪਾਂ ਇੱਤੇ ਕਹਿੰਦੇ ਉਹਨਾਂ ਨੂੰ, ਹਾਂਜੀ ਹਾਂਜੀ ਇੱਤੇ ਕਹਿ ਦਿਓ, ਹੰਸ ਕਹਿ ਦਿੰਦੇ ਹੰਸ, ਉਹਨਾਂ ਨਾਲੋਂ ਜ਼ਿਆਦਾ ਇਹ, ਉਹਨਾਂ ਤੋਂ ਜ਼ਿਆਦਾ। ਅਤੇ ਫਿਰ ਜਿਵੇਂ ਮੌਸਮ ਬਦਲਦਾ, ਮੈਕਸੀਕੋ ਦਾ ਵੈਦਰ ਅਤੇ ਆਪਣਾ ਵੈਦਰ ਫਰਕ ਆ, ਫਰਕ ਆ ਜੀ ਮੌਸਮ 'ਚ ਫਰਕ ਆ, ਕੋਈ ਇਹਨਾਂ ਨੂੰ ਪਰੇਸ਼ਾਨੀ? ਕੋਈ ਪਰੇਸ਼ਾਨੀ ਨਹੀਂ, ਕਿਉਂਕਿ ਹੁਣ ਇਹ ਆਪਣੇ ਹਿੰਦੁਸਤਾਨ ਦੇ ਪੰਜਾਬ ਦੇ ਵੈਦਰ 'ਚ ਬੜੀ ਵਧੀਆ ਤਰੀਕੇ ਨਾਲ ਰਚ ਚੁੱਕੀਆਂ ਨੇ। ਠੀਕ ਆ, ਕੋਈ ਇਹਨਾਂ ਨੂੰ ਕੋਈ ਮੌਸਮ ਦੀ ਪਰੇਸ਼ਾਨੀ ਨਹੀਂ ਆ, ਕੋਈ ਸਿਆਲ ਦੀ, ਕੋਈ ਗਰਮੀ ਦੀ ਕੋਈ ਪਰੇਸ਼ਾਨੀ ਨਹੀਂ ਹੈ। ਅਤੇ ਫਿਰ ਇਹਨਾਂ ਦੀ ਆਮ ਉਮਰ ਕਿੰਨੀ ਕੁ ਹੁੰਦੀ ਆ, ਕਿੰਨਾ ਕੁ? ਉਮਰ ਇਹ ਵੱਧ ਤੋਂ ਵੱਧ 10 ਸਾਲ ਦੇ ਕਰੀਬ ਜਿਹੜੀ ਆ, ਇੱਕ ਪੇਅਰ ਦੀ ਜਿਹੜੀ ਉਮਰ 10 ਤੋਂ 15 ਸਾਲ ਦੇ ਕਰੀਬ ਹੁੰਦੀ ਆ ਜੀ ਉਮਰ ਇਹਦੀ। ਅਤੇ ਜੇ ਅੰਡਿਆਂ ਦੇ ਹਿਸਾਬ ਨਾਲ ਚੱਲੀਏ, ਵੀ ਅੰਡੇ ਕਿੰਨੇ ਕੁ ਦੇ ਦਿੰਦੀਆਂ ਸਾਲ ਦੇ ਵਿੱਚ? ਇੱਕ ਸਾਲ ਦੇ ਵਿੱਚ ਜਿਹੜੀ ਇਹਦੀ ਫੀਮੇਲ ਆ ਉਹ ਘੱਟ ਤੋਂ ਘੱਟ 50 ਤੋਂ 100 ਅੰਡਾ ਇੱਕ ਸਾਲ ਦੇ ਵਿੱਚ ਦਿੰਦੀ ਆ ਜੀ। 50 ਤੋਂ 100? ਅਤੇ ਇਹ ਪੂਰੇ ਇੱਕ ਸਾਲ ਦੇ ਵਿੱਚ 3 ਤੋਂ 4 ਵਾਰ ਅੰਡੇ ਦੇ ਦਿੰਦੀ ਆ ਜੀ। ਅਤੇ ਇੱਕ ਵਾਰ ਅੰਡਿਆਂ ਦੀ ਕਪੈਸਿਟੀ ਇਹਦੀ 20 ਤੋਂ 25 ਦੀ ਹੈ। 20 ਤੋਂ 25 ਇੱਕ ਸਾਲ ਦੇ, ਇੱਕ ਵਾਰ ਦਿੰਦੀ ਆ ਜਦੋਂ ਆਪਣਾ ਸੀਜ਼ਨ ਇਹਦਾ ਆਉਂਦਾ ਹੈ ਅੰਡਿਆਂ ਦਾ ਜੀ। ਬੱਚੇ ਕੱਢ ਕੇ ਫਿਰ ਮਤਲਬ ਬੱਚੇ ਮਹੀਨੇ ਜਾਂ 2 ਮਹੀਨੇ ਦੇ ਹੁੰਦੇ ਆ, ਤਾਂ ਫਿਰ ਦੁਬਾਰਾ ਅੰਡਿਆਂ 'ਤੇ ਬੈਠ ਜਾਂਦੀ ਹੈ, ਫਿਰ ਦੁਬਾਰਾ ਨਵੇਂ ਬੱਚੇ ਕੱਢਦੇ। ਬੱਚੇ ਜਿਹੜੇ ਕੱਢਣ ਦਾ ਪ੍ਰੋਸੈਸ ਆ ਕਿੰਨਾ ਕੁ ਸਮਾਂ ਲੈ? ਇਹ ਵੱਧ ਤੋਂ ਵੱਧ 1.5 ਮਹੀਨੇ ਦਾ ਪ੍ਰੋਸੈਸ ਆ ਜੀ ਇਹਦਾ। 1.5 ਮਹੀਨਾ ਜਿੱਦਣ ਇਹ ਬੈਠ ਜਾਂਦੀਆਂ ਨੇ, ਕਿਉਂਕਿ ਦਿਨ ਦਾ ਇਹਨਾਂ ਨੇ 1 ਅੰਡਾ ਦੇਣਾ ਹੁੰਦਾ, ਫਿਰ ਇਹਨਾਂ ਦੀ ਕਪੈਸਿਟੀ ਆ 20 ਦੇਤੇ ਆ ਵੀ, ਜਿੱਦਣ ਇਹਨਾਂ ਦੇ ਅੰਡੇ ਕੰਪਲੀਟ ਹੋ ਗਏ ਉਦੋਂ ਬਾਅਦ 1.5 ਮਹੀਨਾ ਗਾੜੀਆਂ ਲੈਂਦੀਆਂ ਨੇ। ਤੁਹਾਨੂੰ ਇਹ ਸ਼ੌਂਕ ਕਿਵੇਂ ਪਿਆ ਬਾਈ ਜੀ? ਆ ਤਾਂ ਫਿਰ ਇੱਥੋਂ ਵੀ ਮੈਕਸੀਕੋ ਦੀ ਨਸਲ ਮੰਗਾਉਣੀ ਪਈ ਤੁਹਾਨੂੰ ਤੇ ਇਹ? ਅਸੀਂ ਜੀ ਅਸਲ ਦੇ ਵਿੱਚ ਪੂਰੇ 2007 ਤੋਂ ਫਿਸ਼ ਫਾਰਮਿੰਗ ਦਾ ਕੰਮ ਕਰਦੇ ਹਾਂ। ਅੱਛਾ, ਮੱਛੀ ਪਾਲਣ ਦਾ ਕੰਮ ਕਰਦੇ ਹਾਂ, ਖੇਤੀ ਦੇ ਸਹਾਇਕ ਧੰਦਿਆਂ ਦੇ ਨਾਲ ਜੀ। ਉਹ ਅਸੀਂ ਜਦੋਂ ਜਾਂਦੇ ਹਾਂ ਟ੍ਰੇਨਿੰਗਾਂ ਦੇ ਵਾਸਤੇ, ਉੱਥੇ ਫਾਰਮਾਂ 'ਤੇ ਵੀ ਟ੍ਰੇਨਿੰਗ ਦੇ ਸਿਖਾਉਂਦੇ ਆ ਵੀ ਇਹਦੇ ਨਾਲ ਜਿਹੜਾ ਤਾਂ ਤੁਸੀਂ ਡੱਕ ਫਾਰਮਿੰਗ ਦਾ ਕੰਮ ਕਰੋ ਜਾਂ ਤੁਸੀਂ ਮੁਰਗੀ ਪਾਲਣ ਦਾ ਕੰਮ ਕਰੋ ਜੀ। ਮੁਰਗੀ ਪਾਲਣ ਦਾ ਕੰਮ ਜਿਹੜਾ ਥੋੜ੍ਹਾ ਉਹ ਅਲੱਗ ਤਰੀਕੇ ਦਾ, ਮੁਰਗੀ ਵੀ ਥੋੜ੍ਹਾ ਨੁਕਸਾਨ ਕਰ ਦਿੰਦੀ ਆ ਜੀ, ਕਿਉਂਕਿ ਕਈ ਵਾਰ ਸੀਜ਼ਨ ਦੇ ਵਿੱਚ ਮੁਰਗੀਆਂ ਮਰ ਵੀ ਜਾਂਦੀਆਂ, ਨੁਕਸਾਨ ਵੀ ਕਰ ਦਿੰਦੀਆਂ ਜੀ। ਡੱਕ ਫਾਰਮਿੰਗ ਦਾ ਇਹ ਆ ਵੀ ਡੱਕ ਨੇ ਇੱਕ ਤਾਂ ਪਾਣੀ ਦੇ ਵਿੱਚ ਫਲੋ ਕਰਦੀਆਂ ਰਹਿੰਦੀਆਂ ਨੇ ਜੀ, ਉੱਥੇ ਨਹਾਉਂਦੀਆਂ ਧੋਂਦੀਆਂ ਨੇ, ਪਾਣੀ ਹਿਲਦਾ ਜੁਲਦਾ ਰਹਿੰਦਾ, ਜੋ ਇਹਨਾਂ ਦੀਆਂ ਮਿੱਠਾਂ ਆ ਉਹ ਸਾਰੀਆਂ ਮੱਛੀ ਨੂੰ ਐਸ ਖੁਰਾਕ ਦੇ ਤੌਰ ਤੇ ਮਿਲਦੀਆਂ। ਮਤਲਬ ਜੋ ਇਹ ਮੱਛੀਆਂ ਖਾ ਜਾਂਦੀਆਂ ਨੇ, ਇੱਕ ਤੀਰ ਨਾਲ ਦੋ ਨਿਸ਼ਾਨੇ ਨੇ, ਕਿਉਂਕਿ ਜਿਹੜਾ ਅਸੀਂ ਫਾਰਮ ਲਿਆ ਹੋਇਆ ਸਾਡੇ ਪਿੰਡ ਸਰਕਾਰੀ ਫਾਰਮ ਆ ਜੀ, ਉਹ ਅਸੀਂ 10 ਸਾਲ ਦੀ ਲੀਜ਼ ਤੇ ਲੈਂਦੇ ਹਾਂ ਜੀ। ਉਹਦਾ ਪਾਣੀ ਹੁੰਦਾ ਖਲੋਤਾ, ਉਹ ਪਾਣੀ ਫਲੋ ਨਹੀਂ ਕਰਦਾ, ਫਿਰ ਇੱਕ ਸਾਰੇ ਪਿੰਡ ਦਾ ਜਿਹੜਾ ਪਾਣੀ ਦਾ ਨਿਕਾਸ ਉਹਦੇ ਵਿੱਚ ਹੁੰਦਾ ਆ ਜੀ। ਉੱਥੇ ਫਿਰ ਜਦੋਂ ਸਾਰੇ ਪਾਣੀ ਦਾ ਨਿਕਾਸ ਤਾਂ ਪਿੰਡ ਦਾ ਆਉਂਦਾ, ਵਿੱਚ ਸਰਫ ਵਾਲਾ ਪਾਣੀ ਵੀ ਆਉਂਦਾ ਆ, ਸਾਰੇ ਰਲਵੇਂ ਮਿਲਵੇਂ ਪਾਣੀ ਆਉਂਦੇ, ਫਿਰ ਉੱਥੇ ਜਦੋਂ ਇਹ ਆਪਣਾ ਫਿਰਦੀਆਂ ਤੁਰਦੀਆਂ ਨੇ ਪਾਣੀ ਦੇ ਵਿੱਚ, ਫਿਰਦੀਆਂ ਨੇ, ਨਹਾਉਂਦੀਆਂ ਨੇ, ਧੋਂਦੀਆਂ ਨੇ, ਉਹ ਫਿਰ ਪਾਣੀ ਜਿਹੜਾ ਸਰਕੂਲੇਟ ਕਰੀ ਜਾਂਦਾ ਤੇ ਮੱਛੀਆਂ ਵਾਸਤੇ ਜਿਹੜਾ ਆ ਬਹੁਤ ਲਾਹੇਵੰਦ ਹੋ ਜਾਂਦਾ ਜੀ। ਮਤਲਬ ਮੱਛੀਆਂ ਲਈ ਫਾਇਦੇਮੰਦ ਹੋ ਜਾਂਦਾ ਜੀ ਇਹ? ਬਕਾਇਦਾ ਤੁਸੀਂ ਕੋਰਸ ਵੀ ਕੀਤਾ? ਹਾਂਜੀ ਹਾਂਜੀ, ਕੋਰਸ ਕੀਤਾ, ਗੁਰਦਾਸਪੁਰ ਤੋਂ ਕੋਰਸ ਕੀਤਾ ਹੋਇਆ ਜੀ, ਹਯਾਤ ਨਗਰ ਸਰਕਾਰੀ ਫਿਸ਼ ਫਾਰਮ ਹੈ ਜੀ, ਉੱਥੋਂ ਬਕਾਇਦਾ ਕੋਰਸ ਕਰਕੇ ਪੂਰੀ ਤਿਆਰੀ ਕਰਕੇ ਫਿਰ ਗਾੜੀ ਫਾਰਮਿੰਗ ਦਾ ਕੰਮ ਕੀਤਾ। ਇੱਥੋਂ ਨਾ ਸਾਡੇ ਦਰਸ਼ਕਾਂ ਨੂੰ ਰੋਚਕਤਾ ਹੋਰ ਵੀ ਜਾਗਤੀ ਹੋਣੀ ਆ, ਕਿਉਂਕਿ ਬਹੁਤ ਸਾਰੇ ਲੋਕ ਪੰਛੀ ਪਰਿੰਦੇ ਤਾਂ ਰੱਖ ਲੈਂਦੇ ਆ ਜੀ, ਤੇ ਕਈ ਵਾਰੀ ਨਾ ਉਹਨਾਂ ਨੂੰ ਬੰਦਾ ਨਹੀਂ ਲੱਭਦਾ ਵੀ ਜਾਣਕਾਰੀ ਲਈਏ ਕਿੱਥੋਂ ਜੀ, ਤੇ ਸਾਡੇ ਦਰਸ਼ਕ ਵੀਰਾਂ ਦੇ ਤਾਂ ਕਹਿ ਲਓ ਕਿ ਦਿਲ ਖੁਸ਼ ਹੋ ਗਿਆ, ਉਹ ਵੀ ਜੇ ਜਾਣਕਾਰੀ ਲੈਣੀ ਹੋਵੇ ਤਾਂ ਉੱਥੋਂ ਲੈ ਲਿਆ ਕਰਨ ਜੀ। ਬਿਲਕੁਲ ਜੀ, ਬਿਲਕੁਲ। ਤੇ ਫਿਰ ਇਹ ਜਿਵੇਂ ਅੰਡੇ ਕਢਾਉਂਦੇ ਆ ਤੁਸੀਂ ਜੀ, ਇਹ ਕਿੰਨੇ ਕੁ ਦਿਨਾਂ ਬਾਅਦ ਤੋਂ ਅੰਡੇ ਕੱਢ ਜਾਂਦੀਆਂ?
ਇਹ ਅਸੀਂ ਭਾਅ ਜੀ ਇਹਨਾਂ ਦੇ ਜਿੱਦਾਂ ਹੁਣ ਤੁਹਾਡੇ ਮਗਰ ਤੁਸੀਂ ਫਾਰਮ ਵੇਖਿਆ ਉਹਦੇ ਅੰਦਰ ਖੁਰਲੀ ਬਣੀ ਪਈ ਆ ਤੂੜੀ ਪਈ ਆ ਜੀ ਉਹਦੇ ਵਿੱਚ ਅਸੀਂ ਇਹਨਾਂ ਦੇ ਕੋਈ ਆਂਡੇ ਨਹੀਂ ਛੇੜਦੇ ਆਪੇ ਆਪਣੀ ਮਰਜ਼ੀ ਨਾਲ ਆਂਡੇ ਦਿੰਦੀਆਂ ਜੀ ਆਪਣੇ ਆਂਡੇ ਦੇ ਕੇ ਤੇ ਆਪਣੀ ਮਰਜ਼ੀ ਦੇ ਨਾਲ ਉੱਤੇ ਬੈਠ ਜਾਂਦੀਆਂ ਨੇ ਸਵਾ ਮਹੀਨੇ ਦੇ ਪ੍ਰੋਸੈਸ ਦੇ ਵਿੱਚ ਬੱਚੇ ਆ ਕੁਛ ਬੱਚੇ ਵਿੱਚ ਫਿਰਦੇ ਵੀ ਆ ਛੋਟੇ ਹੁਣ ਬਾਕੀ ਹੋਰ ਚਾਰ ਬੱਤਕਾਂ ਇੱਥੇ ਬੈਠੀਆਂ ਹੋਈਆਂ ਨੇ ਇੱਕ ਬੱਤਕ ਉਹ ਅੰਦਰ ਬੈਠੀ ਹੋਈ ਹੈ ਜੀ ਪੰਜ ਬੱਤਕਾਂ ਇਸ ਟਾਈਮ ਆਂਡਿਆਂ 'ਤੇ ਬੈਠੀਆਂ ਨੇ ਬਾਕੀ ਆਹ ਜਿਹੜੀਆਂ ਗਾੜੀ ਜਿਹੜਾ ਸਾਡੇ ਮਗਰ ਸਾਰਾ ਬਰੀਡ ਆ ਇਹ ਇਸ ਟਾਈਮ ਜਿਹੜਾ ਵਾ ਬਿਲਕੁਲ ਬਣੇ ਪਏ ਨੇ ਤਿਆਰ ਨੇ ਹੁਣ ਇਹਨਾਂ ਨੇ ਵੀ ਬਸ ਹੋਰ ਮਹੀਨੇ ਦੋ ਮਹੀਨੇ ਤੱਕ ਆਂਡੇ ਦੇਣੇ ਸਟਾਰਟ ਕਰਨੇ ਜੀ ਮੰਨ ਲਓ ਵੀ ਹੁਣ ਦਰਸ਼ਕਾਂ ਨੇ ਕਿਸੇ ਨੇ ਲੈਣੀਆਂ ਹੋਣ ਵੀ ਇਹ ਚੀਜ਼ਾਂ ਹਾਂਜੀ ਤੇ ਫਿਰ ਕੀ ਕਰਨ ਉਹ ਕਿੱਥੋਂ ਲੈਣ ਸਰ ਉਹ ਸਾਡਾ ਨੰਬਰ ਆ ਟੈਲੀਫੋਨ ਨੰਬਰ ਲੈ ਲੈਣ ਸਾਡੇ ਕੋਲ ਆਉਂਦੇ ਨੇ ਸਾਡੀ ਅਸੀਂ ਆਪਣਾ ਪਹਿਲਾਂ ਵੀ ਲੋਕਾਂ ਨੂੰ ਹਾਂ ਅਸੀਂ ਦੇ ਦਿੰਦੇ ਹਾਂ ਜੀ ਅੱਛਾ ਠੀਕ ਹੈ ਅਸੀਂ ਸੇਲ ਵੀ ਕਰਦੇ ਹਾਂ ਅਸੀਂ ਇੱਕ ਰੰਗ ਬਰੰਗੇ ਚੂਚੇ ਜੇ ਫਿਰਦੇ ਆ ਉਹ ਇਹ ਆਪਾਂ ਇੱਥੇ ਜਿਹੜੇ ਆਮ ਬਲੈਲਰ ਦੇਸੀ ਚੂਚੇ ਕਹਿ ਲੈਂਦੇ ਹਾਂ ਜੀ ਇਹਨਾਂ ਨੂੰ ਇਹ ਵੀ ਨਾਲ ਹੀ ਰੱਖੇ ਹੋਏ ਨੇ ਜੀ ਉਹ ਵੀ ਨਾਲ ਹੀ ਨਾਲ ਹੀ ਨਾਲ ਹੀ ਰੱਖੇ ਤੇ ਇੱਕੋ ਪਰੇ ਆ ਵੈਰਾਈਟੀ ਤੁਹਾਡੀ ਤੇ ਉਹ ਕੀ ਚੀਜ਼ ਕੀ ਆ ਉਹ ਰੌਲਾ ਬੜਾ ਪਾਉਂਦੇ ਜਿਹੜੇ ਉਹ ਹੈਗੀ ਆ ਜੀ ਹੰਸਾਂ ਦੀ ਵੈਰਾਈਟੀ ਹੰਸ ਉਹ ਹੈਗੀ ਆ ਜੀ ਪੰਜਾਬ ਦੀ ਬਰੀਡ ਹਿੰਦੁਸਤਾਨ ਦੀ ਕਹਿ ਲਓ ਇਹਨਾਂ ਨੂੰ ਇਹਨਾਂ ਨੂੰ ਆਪਾਂ ਬਤਕ ਵੀ ਕਹਿ ਦਿੰਦੇ ਹਾਂ ਹੰਸ ਵੀ ਕਹਿ ਦਿੰਦੇ ਹਾਂ ਵੇਖਣ 'ਚ ਜ਼ਿਆਦਾ ਇਹ ਸੋਹਣੇ ਲੱਗਦੇ ਨੇ ਪਰ ਇਹਨਾਂ ਦੀ ਪ੍ਰੋਡਕਸ਼ਨ ਜਿਹੜੀ ਆ ਉਹ ਬਹੁਤ ਘੱਟ ਆ ਇੱਕ ਇਹਨਾਂ ਦਾ ਥੋੜ੍ਹਾ ਨੁਕਸਾਨ ਵੀ ਕਰਦੀਆਂ ਨੇ ਫਸਲਾਂ ਦਾ ਨੁਕਸਾਨ ਕਰ ਦਿੰਦੀਆਂ ਨੇ ਜੇ ਮੰਨ ਲਓ ਅਸੀਂ ਬਾਹਰ ਛੱਡਤੀਆਂ ਖੁੱਲੀਆਂ ਜੀ ਹੁਣ ਲਾਗੇ ਆਂਢ ਗੁਆਂਢ ਦੇ ਵਿੱਚ ਫਸਲਾਂ ਲੋਕਾਂ ਦੀਆਂ ਜੇ ਛੋਟੀ ਛੋਟੀ ਕਣਕ ਆ ਇਹਨਾਂ ਨੇ ਕਣਕ ਉੱਤੋਂ ਖਾ ਲੈਣੀ ਆ ਜੇ ਝੋਨਾ ਉੱਪਰੋਂ ਛੋਟਾ ਛੋਟਾ ਪੁੰਗਰ ਲੱਗਿਆ ਝੋਨਾ ਲੋਕਾਂ ਦਾ ਖਾ ਲੈਣਾ ਸਬਜ਼ੀਆਂ ਖਾ ਜਾਂਦੀਆਂ ਨੇ ਠੀਕ ਆ ਜੋ ਫਿਰ ਲੋਕਾਂ ਦੇ ਲਾਮੇ ਆਉਂਦੇ ਨੇ ਇਸ ਕਰਕੇ ਇਹ ਥੋੜੀਆਂ ਘੱਟ ਨੇ ਸਾਡੇ ਕੋਲ ਇਹ ਘੱਟ ਰੱਖੀਆਂ ਘੱਟ ਰੱਖੀਆਂ ਹੈਗੀਆਂ ਹਾਂਜੀ ਹਾਂਜੀ ਰੱਖੀਆਂ ਇੱਕ ਨਾ ਮੋਟੇ ਤੌਰ ਤੇ ਸਾਨੂੰ ਇਹ ਦੱਸੋ ਵੀ ਆਮ ਕਿਸੇ ਬੰਦੇ ਨੇ ਰੱਖਣੀਆਂ ਹੁਣ ਉਹਨੂੰ ਫਾਇਦਾ ਕੀ ਹੋਊਗਾ ਜੇ ਤੇ ਕਿਸੇ ਨੇ ਡੇਰੀ ਫਾਰਮਿੰਗ ਦਾ ਕੰਮ ਕੀਤਾ ਹੋਇਆ ਨਾ ਜੀ ਕਿ ਜੇ ਕਿਸੇ ਨੇ ਗਾਈਆਂ ਜਾਂ ਮੱਝਾਂ ਰੱਖੀਆਂ ਹੋਈਆਂ ਨੇ ਉਹਦੇ ਵਾਸਤੇ ਤੇ ਆਹ ਜਿਹੜੀਆਂ ਬੱਤਕਾਂ ਨੇ ਇਹਨਾਂ ਨੂੰ ਮਸਕੇ ਵੀ ਕਹਿ ਦਿੰਦੇ ਨੇ ਰਿੰਗ ਫੇਸ ਕਹਿ ਦਿੰਦੇ ਰਿੰਗ ਫੇਸ ਅਸੀਂ ਕਿਉਂ ਕਹਿੰਦੇ ਹਾਂ ਕਿਉਂਕਿ ਜਿਹੜਾ ਇਹਦਾ ਮੇਲ ਆ ਇਹਦੀ ਚੁੰਝ ਦੇ ਉੱਤੇ ਛੱਲੇ ਬਣਦੇ ਨੇ ਚੁੰਝ ਤੇ ਬਣਦੇ ਛੱਲੇ ਉਹਨਾਂ ਨੂੰ ਕਹਿੰਦੇ ਰਿੰਗ ਰਿੰਗ ਤੇ ਫੇਸ ਮਤਲਬ ਮੂੰਹ ਦੇ ਉੱਤੇ ਛੱਲੇ ਬਣੇ ਅਸੀਂ ਰਿੰਗ ਫੇਸ ਇਹਨਾਂ ਨੂੰ ਕਹਿ ਦਿੰਦੇ ਨੇ ਡੇਰੀ ਫਾਰਮਿੰਗ ਦੇ ਧੰਦੇ ਦੇ ਵਿੱਚ ਸਭ ਤੋਂ ਵੱਧ ਸਹਾਇਕ ਇਹ ਨੇ ਇਹਨਾਂ ਦਾ ਕੀ ਕਾਰਨ ਆ ਇੱਕ ਤਾਂ ਇਹ ਜੀ ਡੰਗਰਾਂ ਦੇ ਅਲੱਗ ਸਫਾਈ ਬਹੁਤ ਰੱਖਦੀਆਂ ਨੇ ਖਾਸ ਕਰਕੇ ਮੱਛਰ ਦੀ ਮੱਖੀ ਦੀ ਪਿੱਸੂ ਦੀ ਜੋ ਵੀ ਇੱਥੇ ਕੀੜੇ ਮਕੌੜੇ ਨੇ ਸਭ ਖਾਣ ਦੇ ਵਿੱਚ ਇੰਨੀਆਂ ਕੁ ਜ਼ਿਆਦਾ ਵਧੀਆ ਮੰਨੀਆਂ ਗਈਆਂ ਨੇ ਕਿਉਂਕਿ ਅਸੀਂ ਇੱਕ ਜੋੜੀ ਲਿਆਂਦੀ ਸੀ ਅਤੇ ਅੱਜ ਸਾਡੇ ਕੋਲ ਜੋੜੀ ਤੋਂ ਵੇਖ ਲਓ ਵੀ ਗਾੜੀ ਮਤਲਬ ਜੇ ਕਿਸੇ ਸਧਾਰਨ ਬੰਦੇ ਨੇ ਰੱਖਣੀਆਂ ਹੁਣ ਉਹਨੂੰ ਕੀ ਫਾਇਦਾ ਹੋਊਗਾ ਉਹਨੂੰ ਫਾਇਦਾ ਦੀ ਜੇ ਤਾਂ ਕਿਸੇ ਨੇ ਆਪਣਾ ਫਾਰਮਿੰਗ ਦਾ ਕੰਮ ਕੀਤਾ ਡੇਰੀ ਫਾਰਮਿੰਗ ਦਾ ਕੀਤਾ ਜਾਂ ਘਰ ਦੇ ਵਿੱਚ ਜਾਨਵਰ ਰੱਖੇ ਹੋਏ ਨੇ ਡੰਗਰ ਰੱਖੇ ਹੋਏ ਨੇ ਮੱਝਾਂ ਗਾਵਾਂ ਰੱਖੀਆਂ ਹੋਈਆਂ ਨੇ ਉਹਦੇ ਵਾਸਤੇ ਅਤੇ ਜੇ ਉੱਥੇ ਇੱਕ ਜੋੜਾ ਵੀ ਰੱਖ ਲੈਂਦੇ ਜੇ ਇੱਕ ਤਾਂ ਸਾਲ ਦੇ ਵਿੱਚ ਬਹੁਤ ਜ਼ਿਆਦਾ ਬੱਚੇ ਦੇ ਦਿੰਦੇ ਆ ਦੂਜਾ ਉਹਨਾਂ ਨੂੰ ਇਹ ਫਾਇਦਾ ਹੋਣਾ ਵੀ ਜਿੰਨਾ ਮੱਖੀ ਮੱਛਰ ਜੋ ਡੰਗਰਾਂ ਦੇ ਚਿੱਚੜ ਪਿੱਸੂ ਆ ਇਹ ਸਭ ਤੋਂ ਵੱਧ ਖੁਸ਼ ਹੋ ਕੇ ਖਾਂਦੀਆਂ ਨੇ ਉਹਦੇ ਵਾਸਤੇ ਬਹੁਤ ਵਧੀਆ ਮਤਲਬ ਮੱਝਾਂ ਡੰਗਰਾਂ ਵਾਲੇ ਘਰ ਚਿੱਚੜ ਚੁੱਚੜ ਦੀ ਬਿਮਾਰੀ ਆਉਂਦੀ ਨਹੀਂ ਨਹੀਂ ਬਿਮਾਰੀ ਆਉਂਦੀ ਇਸ ਸਾਲ ਮੱਛਰ ਵੀ ਬਹੁਤ ਖਾਂਦੀਆਂ ਇਸ ਵਾਰ ਮੱਛਰ ਸਭ ਤੋਂ ਵੱਧ ਮੱਛਰ ਖਾਂਦੀਆਂ ਜੀ ਅੱਛਾ ਪਾਣੀ ਦੇ ਉੱਪਰ ਮੱਛਰ ਬੈਠਾ ਜਾਂ ਡੰਗਰਾਂ ਦੇ ਮੂਤ ਦੇ ਉੱਪਰ ਜਿਹੜਾ ਮੱਛਰ ਬੈਠਾ ਆ ਉਹਨੂੰ ਤਾਂ ਮਿੰਟ ਚ ਲੈ ਜਾਂਦੀਆਂ ਜੀ ਇੱਕ ਜੀ ਮੈਨੂੰ ਦੱਸੋ ਵੀ ਆ ਡਕਸ ਨੇ ਹੈ ਨਾ ਜੀ ਮੇਲ ਤੇ ਫੀਮੇਲ ਦੀ ਪਹਿਚਾਣ ਕਿਵੇਂ ਹੁੰਦੀ ਹੈ ਜਿਹੜਾ ਮੇਲ ਆ ਉਹਦਾ ਥੋੜ੍ਹਾ ਸਾਈਜ਼ ਵੱਡਾ ਹੋ ਜਾਂਦਾ ਜੀ ਜੀ ਭਾਰ ਦੇ ਵਿੱਚ ਵੀ ਵੱਡਾ ਹੋ ਜਾਂਦਾ ਜਿਹੜਾ ਮੇਲ ਆ ਹੁਣ ਤੁਹਾਡੇ ਮਗਰ ਆ ਮੇਰੇ ਪਿੱਛੇ ਮੇਲ ਨੇ ਇਹਨਾਂ ਦੀ ਚੁੰਝ ਦੇ ਉੱਤੇ ਛੱਲੇ ਬਣ ਗਏ ਨੇ ਇੱਕ ਸਾਲ ਦਾ ਬੱਚਾ ਆ ਸਾਰਾ ਜੀ ਜੀ ਹੁਣ ਜਿਹੜੀਆਂ ਡਕਸ ਨੇ ਉਹ ਡਕਸ ਇੱਕ ਭਾਰ 'ਚ ਵੀ ਛੋਟੀਆਂ ਨੇ ਥੋੜ੍ਹੀ ਹਾਈਟ ਵੀ ਛੋਟੀਆਂ ਉਹਨਾਂ ਦੀ ਚੁੰਝ ਦੇ ਉੱਤੇ ਛੱਲੇ ਬਣਦੇ ਬਿਲਕੁਲ ਨੋਰਮਲ ਨਾ ਮਾਤਰ ਬਣਦੇ ਨੇ ਉਤੋਂ ਜਿਹੜੀ ਆ ਸਾਨੂੰ ਇਹਦੀ ਪਛਾਣ ਕਿੰਨੇ ਕੁ ਮਹੀਨੇ ਤੱਕ ਪਛਾਣ ਆ ਜਾਂਦੀ ਹੈ ਵੀ ਇਹ 3 ਮਹੀਨੇ ਤੋਂ ਬਾਅਦ ਇਹਦੀ ਪਛਾਣ ਹੋਣੀ ਸ਼ੁਰੂ ਹੋ ਜਾਂਦੀ ਹੈ 3 ਮਹੀਨੇ ਤੋਂ ਬਾਅਦ ਹੀ ਬੱਚੇ ਜਦੋਂ ਬੱਚੇ ਛੋਟੇ ਹੁੰਦੇ ਆ ਉਦੋਂ ਬਿਲਕੁਲ ਨਹੀਂ ਪਛਾਣ ਆਉਂਦੀ ਪਰ 3.5 ਮਹੀਨੇ ਦੇ ਬੱਚੇ ਹੁੰਦੇ ਜਿਹੜੇ ਨਾਰੇ ਆ ਉਹ ਭਾਰ ਆਪਣਾ ਜ਼ਿਆਦਾ ਕੱਢ ਜਾਂਦੇ ਨੇ ਤੇ ਜਿਹੜੀ ਮਾਦਾ ਆ ਉਹ ਛੋਟੀ ਸਾਈਜ਼ 'ਚ ਰਹਿ ਜਾਂਦੀ ਆ ਜਿਸ ਤੋਂ ਜਿਹੜੀ ਇਹਦੀ ਪਛਾਣ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਮੰਨ ਲਓ ਵੀ ਕਿਸੇ ਨੇ ਜੋੜਾ ਹੀ ਦਿੰਦੇ ਹੋ ਜੇ ਜੋੜਾ ਹੀ ਜੋੜਾ ਜੋੜੇ ਤੋਂ ਬਿਨਾ ਨਹੀਂ ਜੋੜੇ ਤੋਂ ਬਿਨਾ ਨਾ ਜੋੜੇ ਤੋਂ ਬਿਨਾ ਬਿਲਕੁਲ ਤੇ ਫਿਰ ਜੇ ਆਂਡੇ ਕਿਸੇ ਨੇ ਲੈ ਕੇ ਜਾਣੇ ਹੋ ਕਿਸੇ ਕੋਲ ਹੁੰਦਾ ਵੀ ਬੱਤਕਾਂ ਸਾਡੇ ਕੋਲ ਹੈਗੀਆਂ ਆਂਡੇ ਲੈ ਕੇ ਜਾਣੇ ਹੋਣ ਦੇਣ ਨੂੰ ਆਂਡੇ ਤਾਂ ਦੇ ਦਈਏ ਪਰ ਸਾਡਾ ਹੁਣ ਆਪਣਾ ਵੀ ਥੋੜਾ ਪ੍ਰੋਫੈਸ਼ਨ ਜਿਹੜਾ ਇਸ ਚੀਜ਼ ਵੱਲ ਜ਼ਿਆਦਾ ਹੈ ਮਤਲਬ ਜੋੜਾ ਹੀ ਵੇਚਦੇ ਜੋੜਾ ਹੀ ਵੇਚਦੇ ਅਸੀਂ ਬੱਚੇ ਨਹੀਂ ਕਿਸੇ ਨੂੰ ਦਿੰਦੇ ਨਾ ਤਾਂ ਅਸੀਂ ਬੱਚੇ ਦਿੰਦੇ ਹਾਂ ਜੇ ਸਾਨੂੰ ਕੋਈ ਕਵੇ ਕਿ ਸਾਨੂੰ ਮਹੀਨੇ ਦੇ ਬੱਚੇ ਦੇ ਦੋ ਮਹੀਨੇ ਉਹ ਅਸੀਂ ਬਿਲਕੁਲ ਨਹੀਂ ਦਿੰਦੇ ਕਿਉਂਕਿ ਉਹਦੇ ਵਿੱਚ ਇੱਕ ਤਾਂ ਪਛਾਣ ਨਹੀਂ ਆਉਂਦੀ ਅਗਲਾ ਲੈ ਕੇ ਜਾਵੇ ਜਾਂਦਿਆਂ ਸਾਰ ਅਗਲੇ ਦੇ ਮਰ ਜਾਣ ਕਿਉਂਕਿ ਇਹ ਥੋੜ੍ਹਾ ਮਹਿੰਗਾ ਪ੍ਰੋਫੈਸ਼ਨ ਆ ਠੀਕ ਹੈ ਅਸੀਂ 3 ਤੋਂ 4 ਹਜ਼ਾਰ 5 ਹਜ਼ਾਰ ਦਾ ਜੋੜਾ ਜਿਹੜਾ ਇਹਦਾ ਸੇਲ ਹੁੰਦਾ ਹੈ ਅਗਲੇ ਦੇ ਮਰ ਜਾਣ ਉਹ ਫਿਰ ਮਜ਼ਾ ਜਿਹਾ ਨਹੀਂ ਆਉਂਦਾ ਸਵਾਦ ਨਹੀਂ ਆਉਂਦਾ ਵੇਚਣ ਦਾ ਵੀ ਨਜ਼ਾਰਾ ਨਹੀਂ ਵੇਚਣ ਦਾ ਨਜ਼ਾਰਾ ਨਹੀਂ ਆਉਂਦਾ ਤੇ ਇੱਕ ਨਾ ਫਿਰ ਇਹਨੇ ਖੁਰਾਕ ਕੀ ਪਾਉਂਦੇ ਆ ਹੁਣ ਸਵਾਲ ਆਉਂਦਾ ਵੀ ਖੁਰਾਕ ਦਾ ਮਸਲਾ ਖੁਰਾਕ ਇਹਦੀ ਭਾਅ ਜੀ ਕੋਈ ਪ੍ਰੋਫੈਸ਼ਨ ਖੁਰਾਕ ਨਹੀਂ ਹੈਗੀ ਇਹਦੀ ਜੀ ਠੀਕ ਹੈ ਜੀ ਹੁਣ ਸਾਲ ਦੇ ਵਿੱਚ ਦੋ ਫਸਲਾਂ ਨੇ ਕਣਕ ਦੇ ਝੋਨਾ ਜਿੰਨਾ
जोड़ा लेना जे किसी ने जोड़ा लेना जी वास्ते मैं 10-15 जड़ा वा फुट का जड़ा वा उन्हूं कहूंगा भी पिंजरा बना ला हवादार पिंजरा होना चाहिए छोटी जाली लगी हुई है छोटी जाली दा भी बच्चा बाहर नहीं आता ठीक है जी हवा क्रॉस होनी चाहिए पिंजरे साफ होने चाहिए थले बहुत ज्यादा खलारा नहीं बहुती गल है जे कोई 10-15 का कोई पिंजरा बना छोटा जहा चटुआ पुट दे फुट 2 फुट का पानी इन्हों वास्ते जरूरी थोड़ा ज्यादा पानी भी गेड़ा लगता रहे हाँ लगता रहे गर्मियों ज्यादा जरूरत होंगी इन्हों पानी नहाना हाँ छोटा जहा बहुत ज्यादा हाँ जी हाँ जी सा बहार एक फार्म है 2 किले का अच्छा। एक साढ़े को बाहर सा छोटा जहा फार्म है उसे पानी रखा घर के लागे भी रहना जो बाहर जाना बाहर चल जाए जी इतने लागे रहना लागे रात में सारिया आपो अपने खुडिया वापस आ जाए इतनी मगर पै जाए दर्शको लाजमी अगर भी चाहिए संपर्क कर लियो कह लो कि एक रखे ਇਹ ਜਾਣਕਾਰ ਵੀ ਮੁਕੰਮਲ ਜਾਣਕਾਰ ਵੀ ਜੇ ਆ ਗਏ ਤੁਸੀਂ ਇੱਕ ਵਾਰੀ ਇੱਥੇ ਤਾਂ ਤੁਹਾਨੂੰ ਅੱਧਾ ਡਾਕਟਰ ਬਣਾ ਕੇ ਤੋਰਨਗੇ ਜੇ ਹਿਸਾਬ ਤੇ ਲੱਗਦਾ ਮੈਨੂੰ ਕਿਉਂਕਿ ਕੋਰਸਾ ਤੁਹਾਡਾ ਨਾ ਬਕਾਇਦਾ ਪੜ੍ਹਾਈ ਵੱਖਰੀ ਚੀਜ਼ ਹੁੰਦੀ ਆ ਉਹਦੇ ਨਾਲ ਤੁਹਾਡੇ ਤਜਰਬੇ ਵੀ ਨਿੱਜੀ ਤੌਰ ਤੇ ਬਹੁਤ ਹੋ ਗਏ ਆ ਤੇ ਉਹ ਇੱਕ ਤਾਂ ਤੁਸੀਂ ਮੱਛੀ ਦਾ ਕੰਮ ਕਰਦੇ ਹੋ ਨਾ ਪਾਲਣ ਦਾ ਇੱਕ ਆ ਬੱਤਕਾਂ ਦਾ ਹੋ ਗਿਆ ਇਸ ਤੋਂ ਬਿਨਾਂ ਵੀ ਕੋਈ ਹੋਰ ਕਰਦੇ ਇਸ ਤੋਂ ਇਲਾਵਾ ਜੀ ਕੁੱਤੇ ਰੱਖੇ ਹੋਏ ਨੇ ਸ਼ੌਂਕ ਨਾਲ ਕੁੱਤਿਆਂ ਦਾ ਸ਼ੌਂਕ ਨਾਲ ਕੁੱਤੇ ਮੇਰੇ ਕੋ ਇੱਥੇ ਲੱਗੇ ਫਿਰਦੇ ਨੇ ਜੀ ਇੱਕ ਰੋਟਵੀਲਰ ਆ ਇੱਕ ਥੋੜਾ ਗੱਦੀ ਨਸਲ ਦਾ ਆ ਜੀ ਜੀ ਕੁੱਤਿਆਂ ਨੂੰ ਵੀ ਰੱਖਿਆ ਨੂੰ ਮੈਨੂੰ ਜਦੋਂ ਦਾ ਛੋਟੇ ਬਚਪਨ ਤੋਂ ਹੀ ਸ਼ੌਂਕ ਹੈ ਕੁੱਤੇ ਰੱਖਣ ਦਾ ਜੀ ਅਸੀਂ ਕੁੱਤੇ ਰੱਖਦੇ ਹਾਂ ਜੀ ਨਾ ਤਾਂ ਅਸੀਂ ਉਹਨਾਂ ਦੇ ਗਲ ਸੰਗਲੀ ਪਾਉਂਦੇ ਹਾਂ ਨਾ ਅਸੀਂ ਪਟਾ ਪਾਉਂਦੇ ਹਾਂ 24 ਘੰਟੇ ਫ੍ਰੀ ਜਿੱਥੇ ਉਹਨਾਂ ਦਾ ਦਿਲ ਕਰਦਾ ਬਹਿਣ ਜਿੱਥੇ ਉਹਨਾਂ ਦਾ ਦਿਲ ਕਰਦਾ ਉੱਠਣ ਤੇ ਅੱਜ ਤੱਕ ਜਿਹੜੀ ਆ ਸਾਡੇ ਕੁੱਤਿਆਂ ਦੀ ਕਿਸੇ ਕਿਸਮ ਦੀ ਕੋਈ ਕੰਪਲੇਂਟ ਨਹੀਂ ਆ ਵੀ ਕਿਸੇ ਨੂੰ ਵੱਢ ਲਿਆ ਕਿਸੇ ਨੂੰ ਖਾ ਨਾ ਲਾਂਬੇ ਦਾ ਡਰ ਹੁੰਦਾ ਨਹੀਂ ਲਾਂਬੇ ਦਾ ਕੋਈ ਡਰ ਨਹੀਂ ਜੇ ਨਾ ਇੱਥੇ ਗੱਲ ਹੋਰ ਆ ਵੀ ਜੇ ਕਿਸੇ ਨੂੰ ਪ੍ਰੋਫੈਸ਼ਨਲੀ ਇਹ ਕਿੱਤੇ ਨੂੰ ਅਪਣਾਉਣਾ ਹੋਵੇ ਜੀ ਉਹਨਾਂ ਦੇ ਲਾਹੇਵੰਦ ਹੈ ਬਿਲਕੁਲ ਜੀ ਬਿਲਕੁਲ ਕਿਉਂਕਿ ਪੰਜਾਬ 'ਚ ਵੀ ਕਹਿ ਲਓ ਕਿ ਬੇਰੁਜ਼ਗਾਰੀ ਵੀ ਹੈਗੀ ਆ ਹਨਾ ਕੋਈ ਸਹਾਇਕ ਧੰਦੇ ਜੇ ਅਸੀਂ ਆਪਾਂ ਵੱਡੇ ਵੱਡੇ ਰੈਸਟੋਰੈਂਟਾਂ ਦੀ ਗੱਲ ਕਰਦੇ 5-star ਗੱਲ ਕਰਦੇ ਉੱਥੇ ਸਾਨੂੰ ਜਿਹੜਾ ਆ ਨਾ ਡੱਕ ਸਟੀਕ ਮਿਲਦੀਆਂ ਨੇ ਅੱਛਾ ਖਾਣ ਵਾਸਤੇ ਡੱਕਾਂ ਦਾ ਮੀਟ ਜੀ ਜੇ ਉਹਦੀ ਪ੍ਰੋਡਕਸ਼ਨ ਹੋਊਗੀ ਤਾਂ ਡੱਕ ਸਟੀਕ ਬਣੂਗੀ ਜੀ ਵੱਡੇ ਵੱਡੇ ਜਿਹੜੇ ਰੈਸਟੋਰੈਂਟ ਆ ਉਹ ਕੰਟੈਕਟ ਕਰ ਲੈਂਦੇ ਨੇ ਫਾਰਮਾਂ ਦੇ ਨਾਲ ਵੀ ਸਾਨੂੰ ਜਿਹੜੀ ਸਾਲ 'ਚ ਇੰਨੀ ਬਤਕ ਚਾਹੀਦੀ ਆ ਡੱਕ ਸਟੀਕ ਦਾ ਮੀਟ ਉੱਥੇ ਤਿਆਰ ਹੁੰਦਾ ਜੀ ਹਾਂ ਬਿਲਕੁਲ ਮਤਲਬ ਇੱਕ ਨੌਲੇਜ ਹੋਵੇ ਤੁਹਾਡੇ ਕੋਲੇ ਇੱਕ ਥੋੜਾ ਜਿਹਾ ਤੁਹਾਡਾ ਕਹਿ ਲਓ ਕਿ ਆਉਣੀ ਜਾਣੀ ਹੋਵੇ ਹੈ ਨਾ ਸੰਪਰਕ ਕਰਨ ਦਾ ਹੋਵੇ ਜ਼ਰੀਆ ਹੋਵੇ ਨੇੜੇ ਸ਼ਹਿਰ ਹੋਵੇ ਤਾਂ ਹੋਰ ਵੀ ਬੈਟਰ ਆ ਬਿਲਕੁਲ ਜੀ ਬਿਲਕੁਲ ਮਿਹਰਬਾਨੀ ਧੰਨਵਾਦ।